ਮੋਗਾ ਦੇ ਮੁਹੱਲਾ ਸੋਡੀਆਂ ਦੀ ਰਹਿਣ ਵਾਲੀ ਸਤਨਾਮ ਕੌਰ ਦੀ ਉਸਦੀ ਹੀ ਭਾਬੀ ਨੇ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਹੈ, ਜਿਸ ਤੋਂ ਬਾਅਦ ਉਸਦੀ ਉਂਗਲੀ ਵੀ ਤੋੜ ਦਿੱਤੀ ਗਈ। ਜ਼ਖਮੀ ਔਰਤ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਸਾਰੀ ਘਟਨਾ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ। ਉੱਥੇ ਪੁਲਿਸ ਦੇ ਵੱਲੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਿਉਂ? ਕਾਰਨ ਕੀ ਹੈ? ਕਾਰਨ ਮੈਨੂੰ ਕੁਛ ਨਹੀਂ ਪਤਾ ਹੈਗਾ, ਬਸ ਮੇਰੇ ਮੈਂ ਸਬਜ਼ੀ ਬਣਾ ਰਹੀ ਸੀ, ਮੈਂ ਕਿਚਨ ਦੇ ਵਿੱਚੋਂ ਆਪਣੇ ਘਰ ਕਮਰੇ ਦੇ ਵਿੱਚ ਗਈ ਹਾਂ, ਮੇਰਾ ਬੱਚਾ ਅੰਦਰ ਸੁੱਤਾ ਪਿਆ ਸੀ, ਸ਼ੋ ਮੇਰੀ ਛੋਟੀ ਸਿਸਟਰ ਅੰਦਰ ਉੱਥੇ ਬੈਠੀ ਸੀਗੀ ਬੈਡ 'ਤੇ, ਇਹ ਮੇਰੇ ਬੱਚੇ ਨੂੰ ਗਾਲਾਂ ਦਿੰਦੀ ਆਈ ਆ, ਕਹਿੰਦੀ ਮੈਂ ਮਾਰਦੀ ਹਾਂ, ਹੁਣ ਮੈਂ ਕਰਦੀ ਹਾਂ ਕੰਮ ਖਤਮ ਕਰਦੀ ਹਾਂ ਇਹਦਾ, ਅਤੇ ਕਰਦੀ ਕਰਦੀ ਅਤੇ ਅੰਦਰ ਆ ਗਏ, ਅੰਦਰ ਆ ਕੇ ਪਹਿਲਾਂ ਤਾਂ ਮੇਰੇ ਫੋਨ ਮਗਰ ਪੈ ਗਏ, ਫੋਨ ਖਿੱਚਣ ਦੀ ਕੋਸ਼ਿਸ਼ ਕੀਤੀ, ਬਾਅਦ 'ਚ ਮੇਰੇ ਮੁੰਡੇ ਵੱਲ ਚੱਲੇ, ਮੇਰੇ ਵਾਲ ਫੜ ਕੇ ਅਤੇ ਮੈਨੂੰ ਅੰਦਰ ਨੂੰ ਘੜੀਸਣ ਲੱਗ ਗਏ, ਅਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਨੂੰ ਕੀ ਹੋ ਗਿਆ, ਅਤੇ ਇਹਨਾਂ ਨੇ ਮੈਨੂੰ ਕਿਵੇਂ ਮੈਂ ਕਿਵੇਂ ਆਪਣੇ ਮੁੰਡੇ ਨੂੰ ਬਚਾਉਂਦੀ ਅਤੇ ਇਹਨਾਂ ਨੂੰ ਮੈਂ ਬਾਹਰ ਖਿੱਚਿਆ, ਫਿਰ ਨਹੀਂ ਮੈਨੂੰ ਪਤਾ ਵੀ ਮੈਨੂੰ ਕੀ ਹੋਇਆ। ਜਦ ਮੈਂ ਉੱਠੀ ਹਾਂ ਮੇਰੀ ਉਂਗਲ ਮੈਨੂੰ ਇੰਨਾ ਦਿਖੀ, ਬਸ ਉਂਗਲ ਦਿਖੀ ਮੈਨੂੰ, ਮੇਰੀ ਉਂਗਲ ਟੇਢੀ ਹੋ ਚੁੱਕੀ। ਮਾਰਾ ਕਿਉਂ ਆਪਣੇ ਬੇਟੇ ਕੋ? ਕੁੱਟਮਾਰ ਕਿਉਂ ਕੀਤੀ, ਕੀ ਕਾਰਨ ਸੀ? ਕੁੱਟਮਾਰ ਉਹਨੇ, ਇਹ ਸਾਨੂੰ ਚੜ੍ਹਦੀ ਨਹੀਂ ਕਿਉਂਕਿ ਮੈਂ ਆਪਣੇ ਪੇਕਿਆਂ 'ਤੇ 3 ਸਾਲ ਤੋਂ ਬੈਠੀ ਹਾਂ, ਹਰ ਜਦੋਂ ਦੀ ਮੈਂ ਇੱਥੇ ਬੈਠੀ ਤੁਸੀਂ ਮੇਰੇ ਉੱਤੇ ਆ ਕੇ ਬਹਿ ਗਏ, ਮੇਰਾ ਖਾਂਦੇ ਆ ਤੁਸੀਂ, ਬਸ ਤੰਗ ਕਰਦੀ, ਮੇਰੇ ਮੁੰਡੇ 'ਤੇ ਥੁੱਪੜ ਮਾਰਦੀ ਰਹਿੰਦੀ, ਕਦੇ ਕੁਛ ਕਰਦੀ ਆ, ਅਤੇ ਇਹਨਾਂ ਦੀ ਆਪਣੀਆਂ 2 ਬੇਟੀਆਂ ਵਾ, ਮੇਰੀਆਂ ਬੱਚੀਆਂ ਉਹ ਸਾਰਾ ਦਿਨ ਮੇਰੇ ਕੋਲ ਰਹਿੰਦੀਆਂ, ਮੈਂ ਉਹਨਾਂ ਨੂੰ ਸਕੂਲ ਛੱਡ ਕੇ ਆਉਂਦੀ ਹਾਂ ਆਪਣੇ ਬੱਚੇ ਦੇ ਨਾਲ, ਛੋਟੀ ਵੱਡੀ ਬੇਟੀ ਨੂੰ ਇੰਨਾ ਮੈਨੂੰ ਪਿਆਰ ਕਰਦੇ ਬੱਚੇ, ਪਰ ਪਤਾ ਨਹੀਂ ਕਿਉਂ ਉਹ ਮੇਰੇ ਅਤੇ ਇਹਦੇ ਬੱਚੇ ਇਹਦੇ ਮੇਰੇ ਪੁੱਤ ਦੇ ਮਗਰ ਪਈ ਹੋਏ ਆ, ਬਸ ਵੀ ਘਰੋਂ ਨਿਕਲ ਜਾਓ ਘਰੋਂ ਨਿਕਲ ਜਾਓ, ਬਸ ਹਾਂ ਹੀ ਕਰਦੇ ਰਹਿੰਦੇ। ਤੁਸੀਂ ਮਾਇਕੇ ਰਹਿੰਦੇ ਹੋ? ਹਾਂਜੀ। ਕਿੰਨੀ ਦੇਰ ਤੋਂ? 3 ਸਾਲ ਹੋ ਗਏ। ਅੱਛਾ, ਅਤੇ ਉਹ 3 ਸਾਲ ਤੋਂ ਇਹ ਕੁਛ ਚੱਲ ਰਿਹਾ? ਹਾਂਜੀ, ਬਸ ਕਹਿ ਦਿੰਦੇ ਆ ਮੇਰੇ ਉੱਤੇ ਆ ਕੇ ਮੇਰੇ ਮੇਰਾ ਖਾਂਦੀਆਂ ਵਾ ਕੇ ਮੇਰਾ ਖਾਣ ਲੱਗ ਗਏ ਆ ਕੇ ਕੱਟਾ ਚਮਤਾ ਇਹੋ ਜਿਹਾ ਕੁਛ ਬੋਲਦੇ ਰਹਿੰਦੇ ਆ। ਤੁਹਾਡੇ ਬ੍ਰਦਰ ਕੀ ਕਰਦੇ ਨੇ? ਸਾਡਾ ਮੇਰੇ ਬ੍ਰਦਰ ਦੀ ਸ਼ੌਪ ਆ। ਅੱਛਾ, ਉਹ ਹੈ ਨਹੀਂ ਸੀਗੀ ਘਰੇ? ਉਹ ਨਹੀਂ, ਉਸ ਟਾਈਮ ਕੋਈ ਨਹੀਂ, ਮੇਰੀ ਸਿਸਟਰ ਸੀਗੀ ਘਰੇ ਉਸ ਟਾਈਮ, ਅਤੇ ਉਸ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਮੇਰੇ ਬ੍ਰਦਰ ਵਾਸ਼ਰੂਮ ਆਏ ਸੀਗੇ ਅਤੇ ਉਹ ਥੋੜ੍ਹੀ ਦੇਰ ਪਹਿਲਾਂ ਹੀ ਜਾ ਕੇ ਘਰੋਂ ਹੋ ਕੇ ਗਏ ਸੀਗੇ। ਅੱਛਾ, ਅਤੇ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਕੋਈ ਵੀਡੀਓ ਆਈ ਹੈ? ਕੈਮਰੇ ਵੀ ਲੱਗੇ ਹੋਏ? ਹਾਂਜੀ, ਸਾਡੇ ਘਰੇ ਕੈਮਰੇ ਲੱਗੇ ਹੋਏ ਆ। ਕਿ ਉਹਦੇ ਵਿੱਚ ਕੀ ਆਇਆ? ਉਹਦੇ ਵਿੱਚ ਆਇਆ ਵਾ ਤੁਸੀਂ ਤੁਹਾਨੂੰ ਸ਼ੋਅ ਕਰ ਦੇਣਗੇ,
ਉਹਦੇ ਵਿੱਚ ਆਇਆ ਹੈ ਸਰ ਵੀ ਇਹ ਮੇਰੇ ਕਮਰੇ 'ਚ ਆਉਂਦੇ ਆ, ਮੈਨੂੰ ਮਾਰਦੇ ਆ, ਹਿੱਟ ਕਿੱਦਾਂ ਮੈਨੂੰ ਉੱਤੋਂ ਢਾਹ ਲਿਆ ਇਹਨਾਂ ਨੇ ਅਤੇ ਮੈਨੂੰ ਸਭ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਆ। ਅਤੇ ਕੈਮਰੇ ਕਦੋਂ ਲਵਾਏ ਘਰ? ਇਹ ਸਾਡੇ ਇਹਨਾਂ ਇੱਕ ਮੇਰੇ ਜਿਹੜੇ ਇਹ ਭਾਬੀ ਜੀ ਆ ਨਾ, ਇਹਨਾਂ ਨੇ ਪਹਿਲਾਂ ਵੀ ਇੱਕ ਵਾਰੀ ਮੇਰੀ ਛੋਟੀ ਸਿਸਟਰ ਅਨਮੈਰਿਡ ਆ ਉਹਦੇ ਨਾਲ ਇਹਨੇ ਹੱਥੋਂ ਪਾਈ ਕੀਤੀ ਸੀ। ਉਸ ਟਾਈਮ ਸਾਡੇ ਘਰ ਕੈਮਰੇ ਨੇ ਲੱਗੇ ਸੀਗੇ, ਇਹਨਾਂ ਨੇ ਨਾ ਆਪਣੇ ਬਾਹਰੋਂ ਕਿਤੋਂ ਨਿਸ਼ਾਨ ਮਰਵਾ ਲਿਆ ਅਤੇ ਪੁਲਿਸ ਵਾਲਿਆਂ ਨਾਲ ਬੈਠ ਕੇ SHO ਉਸ ਟਾਈਮ ਸੁਰਜੀਤ ਸਿੰਘ ਹੁੰਦਾ ਸੀਗਾ, SHO ਸੁਰਜੀਤ ਸਿੰਘ ਦੇ ਨਾਲ ਉਹਨਾਂ ਨੇ ਆਪਦੇ ਕਿਸੇ ਨੂੰ ਭੇਜਿਆ ਨਾਲ ਲੇਡੀ ਪੁਲਿਸ ਨੂੰ ਲੈ ਕੇ ਗੱਡੀ 'ਚ ਵਿੱਚ ਬੈਠ ਕੇ ਇਹ ਆਈ, ਕਹਿੰਦੀ ਵੀ ਮੇਰੀ ਨਾਨੀ ਮੇਰੇ ਇੱਥੇ ਨਿਸ਼ਾਨ ਮਾਰੇ ਅਤੇ ਅਰੈਸਟ ਕਰਕੇ ਨਾਲ ਦੇ ਨਾਲ ਹੀ ਲੈ ਗਏ। ਇਸ ਕਰਕੇ ਸਾਨੂੰ ਉੱਥੇ ਕੈਮਰੇ ਤੋਂ ਬਾਹਰ ਲਵਾਉਣੇ ਪਏ ਘਰੇ, ਅਤੇ ਸਾਨੂੰ ਪੁਲਿਸ ਵਾਲਿਆਂ ਨੇ ਕਿਹਾ ਵੀ ਜੇ ਤੁਸੀਂ ਇਹਨਾਂ ਤੋਂ ਬਚਣਾ ਵਾ ਤਾਂ ਘਰੇ ਤੁਸੀਂ ਆਪਣੀ ਸਿਕਿਉਰਿਟੀ ਲਈ ਕੈਮਰੇ ਲਗਵਾ ਲਓ। ਇਸ ਕਰਕੇ ਅਸੀਂ ਕੈਮਰੇ ਲਵਾਏ। ਕੀ ਚਾਹੁੰਦੇ? ਕੀ ਚਾਹੁੰਦੇ? ਮੈਂ ਚਾਹੁੰਦੀ ਹਾਂ ਵੀ ਸਾਨੂੰ ਇਨਸਾਫ਼ ਮਿਲੇ। ਦੇਖੋ ਮੇਰੇ ਇੱਕ ਇੰਜਰੀ ਮੈਨੂੰ ਕੀਤੀ ਆ, ਕੱਲ੍ਹ ਨੂੰ ਮੇਰੇ ਬੱਚੇ ਨੂੰ ਕੁਝ ਕਰ ਦੇਵੇ, ਮੈਨੂੰ ਮੇਰੇ ਘਰਦਿਆਂ ਨੂੰ। ਮੇਰਾ ਨਾਂ ਚਰਨਜੀਤ ਸਿੰਘ ਜੀ। ਚਰਨਜੀਤ ਸਿੰਘ ਜੀ, ਕੀ ਘਟਨਾ ਹੋਈ ਇਹਨਾਂ ਨਾਲ? ਇਹਨਾਂ ਨਾਲ ਘਟਨਾ ਵਾਪਰੀ ਹੈ ਜੀ, ਅਸੀਂ ਤਾਂ ਦੁਕਾਨ 'ਤੇ ਕੰਮ ਕਰਦੇ ਪਏ ਸੀਗੇ, ਸਾਨੂੰ ਮੇਰੀ ਛੋਟੀ ਬੇਟੀ ਨੇ ਆਖਿਆ ਵੀ ਯਾਨੀ ਕਿ ਅਸੀਂ ਕੈਮਰੇ ਵਿੱਚ ਵੀ ਯਾਨੀ ਕਿ ਦੇਖਿਆ ਜਾਨੀ ਕੋਈ ਕੁੜੀ ਲੜਕੀ ਛੋਟੀ ਵੇਖ ਰਹੀ ਸੀਗੀ, ਤਾਂ ਉਹਦੇ ਯਾਨੀ ਕਿ ਸਾਨੂੰ ਦੱਸਿਆ ਵੀ ਮੇਰੀ ਭਾਬੀ ਅੰਦਰ ਵੜ ਗਈ ਹੈ ਅਤੇ ਇਹਨੂੰ ਯਾਨੀ ਕਿ ਖਿੱਚ ਕੇ ਧੂ ਕੇ ਬਾਹਰ ਲਿਜਾਉਂਦੀ ਹੈ। ਅਸੀਂ ਉਦੋਂ ਹੀ ਭੱਜ ਕੇ ਯਾਨੀ ਕਿ ਉੱਥੇ ਗਏ ਅਤੇ ਜਦੋਂ ਲਿਜਾ ਕੇ ਵੇਖਿਆ ਤਾਂ ਮੇਰੀ ਜਿਹੜੀ ਨੂੰਹ ਸੀਗੀ ਮੇਰੀ ਲੜਕੀ ਨੂੰ ਥੱਲੇ ਲਈ ਬੈਠੀ ਸੀਗੀ, ਅਤੇ ਮੈਂ ਜਾ ਕੇ ਪਿੱਛੋਂ ਫਿਰ ਜਾ ਕੇ ਉਹਨੂੰ ਮਤਲਬ ਫੜ ਕੇ ਅਤੇ ਯਾਨੀ ਕਿ ਵੀ ਉਹਨੂੰ ਪਾਸੇ ਖਟਾਈ ਇਹ ਇੱਕ ਮਿੰਟ ਦੇ ਜਿੱਕ ਅਤੇ ਉਸ ਮਿੰਟ ਦੀ ਗੱਲ ਹੀ ਹੈ ਸਾਰੀ ਇਹ। ਅਤੇ ਮੇਰੀ ਜਦੋਂ ਥੱਲਿਓ ਨਿਕਲੀ ਉਹਦੇ ਅਤੇ ਇਹ ਯਾਨੀ ਕਿ ਇਹਦੀ ਉਂਗਲ ਟੁੱਟ ਚੁੱਕੀ ਸੀ। ਕੀ ਕਾਰਨ ਕੀ ਹੈ ਜੀ ਕੁੱਟਮਾਰ ਦਾ? ਅਤੇ ਕੁੱਟਮ ਜਿੱਦਣ ਦੀ ਵਿਆਹ ਕੇ ਲਿਆਂਦੀ ਹੈ ਉਸੇ ਦਿਨ ਤੋਂ ਹੀ ਸਾਨੂੰ ਟਿਕਟ ਨਹੀਂ ਦਿੱਤਾ, 20-25 ਲੱਖ ਰੁਪਏ ਤਾਂ ਸਾਨੂੰ ਥੱਲੇ ਲਾ ਪਏ ਨੇ ਹਰ ਯਾਨੀ ਕਿ ਸਾਲ ਹਰ 6 ਮਹੀਨੇ ਬਾਅਦ ਹਰ ਅੱਧੇ ਘੰਟੇ ਬਾਅਦ ਇਹਦਾ ਕੋਈ ਨਾ ਕੋਈ ਗੱਲਬਾਤ ਆਉਂਦੀ ਰਹਿੰਦੀ ਹੈ। ਸਾਡੀ ਪੁਲਿਸ ਵਾਲਿਆਂ ਦੇ ਕੋਲ ਕੋਈ ਸੁਣਵਾਈ ਨਹੀਂ ਹੁੰਦੀ। ਆ ਪਿੱਛੇ ਜੇ ਯਾਨੀ ਕਿ ਵੀ 22 ਤਰੀਕ ਨੂੰ ਅਸੀਂ ਯਾਨੀ ਕਿ SSP ਨੂੰ ਵੀ ਦਿੱਤਾ ਸੀਗਾ, ਯਾਨੀ ਕਿ ਐਲੀਫੈਂਟ ਉਹ ਕਹਿੰਦੇ ਸੀਗੇ ਵੀ ਉਹਨਾਂ ਨੇ ਸਾਨੂੰ ਇੰਨੀ ਗੱਲਾਂ ਜਾਂ ਕਹਿ ਦਿੱਤੀਆਂ ਵੀ ਇਹ ਘਰੇਲੂ ਮਾਮਲਾ, ਯਾਨੀ ਕਿ ਤੁਸੀਂ ਇਹਦੀ ਕਲਿੱਪ ਲੈ ਕੇ ਆਓ। ਇਹੀ ਕਲਿੱਪ ਲੈਣ ਦੀ ਖਾਤਰ ਯਾਨੀ ਕਿ ਹੁਣੇ ਗਾਲਾਂ ਕੱਢੀ ਜਾਂਦੀ ਸੀਗੀ ਜਿਸ ਮੁਲਕ ਲੜਕੀ ਜਿਹੜੀ ਬਣਾਉਂਦੀ ਪਈ ਸੀ ਇਹ ਮਤਲਬ ਬਣਾ ਰਹੀ ਸੀ ਇਹ, ਅਤੇ ਉਹੀ ਫੋਨ ਖੋਹਣ ਦੀ ਖਾਤਰ ਯਾਨੀ ਕਿ ਨਾਲੇ ਗਾਲਾਂ ਕੱਢ ਰਹੀ ਸੀ ਨਾਲੇ ਫੋਨ ਖੋਹਣ ਦੀ ਖਾਤਰ ਅੰਦਰ ਗਈ ਇਹ ਅੰਦਰ ਯਾਨੀ ਕਿ ਫੋਨ ਵੀ ਖੋਹਦੇ ਨੇ ਬੱਚੇ ਨੂੰ ਨਾਲੇ ਕਿ ਗਾਲਾਂ ਕੱਢ ਰਹੀ ਸੀ ਉਸ ਮੌਕੇ ਫਿਰ ਬਣਾ ਰਹੀ ਸੀ ਅੰਦਰ ਇਹ ਉਸ ਮੌਕੇ ਘੜੀਸ ਕੇ ਅੰਦਰ ਵਰ ਗਿਆ। ਇਹ ਕੈਮਰਿਆਂ ਦੇ ਮੂਹਰੇ ਨਹੀਂ ਆਉਣਾ ਚਾਹੁੰਦੀ ਸੀਗੀ ਇਹ ਯਾਨੀ ਕਿ ਵੀ ਇਹਨੂੰ ਅੰਦਰ ਹੀ ਅੰਦਰ ਇਹਨੂੰ ਕੁੱਟ ਕੇ ਯਾਨੀ ਕਿ ਮਾਰਨਾ ਚਾਹੁੰਦੀ ਸੀ, ਅਤੇ ਇਹ ਜਿਹੜੀ ਸਾਡੀ ਲੜਕੀ ਇਹਨੂੰ ਅੰਦਰ ਬਾਹਰ ਖਿੱਚ ਕੇ ਲਿਆਉਂਦੀ ਸੀ, ਇਹ ਅੰਦਰ ਹੀ ਅੰਦਰ ਇਹਨੂੰ ਕੁੱਟ ਕੇ ਮਾਰਨਾ ਚਾਹੁੰਦੀ ਸੀ। ਕਾਰਨ ਕੀ ਹੈ? ਕਿਉਂ ਕਾਰਨ ਮਤਲਬ ਇਹ ਰਹਿਣਾ ਸਾਨੂੰ ਟਿਕਣ ਹੀ ਨਹੀਂ ਦਿੰਦੀ ਬਿਲਕੁਲ ਹੀ, ਮਤਲਬ ਸਾਨੂੰ ਸਮਝ ਨਹੀਂ ਆਉਂਦੀ। ਮੈਨੂੰ ਸਾਨੂੰ ਕਹਿੰਦੀ ਹੈ ਵੀ ਮੇਰਾ ਘਰ ਆ ਵੀ ਤੁਸੀਂ ਬਾਹਰ ਨਿਕਲੋ, ਮੈਂ ਮੇਰੀ ਘਰ ਵਾਲੀ ਨੂੰ ਇਹ ਗੱਲ ਕਹਿੰਦੀ ਮੈਂ ਗੁੱਤ ਪੜ ਕੇ ਤੇ 3 ਮਹੀਨੇ ਤੈਨੂੰ ਬਾਹਰ ਕੱਢ ਦੇਣਾ, ਸਮਝ ਨਹੀਂ ਆਉਂਦੀ ਸਾਨੂੰ ਵੀ ਇਹਨੂੰ ਕੌਣ ਕੀ ਗੱਲ ਕਹਿੰਦਾ ਕੀ ਨਹੀਂ ਕਹਿੰਦਾ ਇਹਨੇ। ਹੁਣ ਅਸੀਂ ਯਾਨੀ ਕਿ ਥਾਣੇ 'ਚੋਂ ਹੋ ਕੇ ਆਏ ਹਾਂ, ਇੰਨਾ ਬੋਲੀ ਯਾਨੀ ਕਿ ਮਤਲਬ ਥਾਣਾ ਕੁਲਵੰਤ ਸਿੰਘ ਯਾਨੀ ਕਿ SSI ਦੇ ਮੂਹਰੇ ਬੋਲੀ, ਅਸੀਂ ਨਹੀਂ ਬੋਲੇ ਬਿਲਕੁਲ। ਉਹ ਇੰਨਾ ਹੀ ਯਾਨੀ ਕਿ ਇਹਨਾਂ ਦੀ ਇਹਦੀ ਵੱਡੀ ਭੈਣ ਯਾਨੀ ਕਿ ਇਹ ਤੇ ਛੋਟੀ ਭੈਣ ਅਤੇ ਇਹਦਾ ਪਿਓ ਇੰਨਾ ਬੋਲੇ ਯਾਨੀ ਕਿ ਵੀ ਸਾਨੂੰ ਮਤਲਬ ਥਾਣੇ ਦਾ ਜੇਲ੍ਹ ਦੀਆਂ ਵੀ ਧਮਕੀਆਂ ਯਾਨੀ ਕਿ ਇਹਨਾਂ ਨੇ ਦਿੱਤੀਆਂ ਵੀ ਸਾਫ਼ ਕਰਾ ਕੇ ਰੱਖੋ, 302 ਦੇ ਵਿੱਚ ਮੈਂ ਤੁਹਾਨੂੰ ਅੰਦਰ ਕਰਾਊਂਗਾ, ਤੁਹਾਨੂੰ ਸਾਰੇ ਪਰਿਵਾਰ ਨੂੰ ਇੰਨੀਆਂ ਧਮਕੀਆਂ ਦਿੱਤੀਆਂ ਬੇਸਾਬੀਆਂ। ਆ ਹੁਣ ਅੱਧੇ ਘੰਟੇ ਦੀ ਗੱਲ ਆ ਸਾਰੀ ਪਹਿਲਾਂ ਦਾ ਮਾਮਲਾ ਸਾਹਮਣੇ। ਪੁੱਤਰੀ ਚਰਨਜੀਤ ਸਿੰਘ ਅਤੇ ਉਹਦੇ ਬਿਆਨ 'ਤੇ ਸੰਦੀਪ ਕੌਰ ਪੁੱਤਰੀ ਜਰਨੈਲ ਸਿੰਘ ਵਾਸੀ ਜੀਤ ਨਗਰ ਮੋਗਾ ਦੇ ਖਿਲਾਫ 323-325 ਦਾ ਮੁਕੱਦਮਾ ਦਰਜ ਹੋਇਆ, ਜਿਹਦਾ ਕਿ ਮੁਰਮੂ ਨੂੰ ਅਰੈਸਟ ਕਰ ਲਿਆ। ਕੀ ਕਾਰਨ ਕੀ ਹੈ? ਇਹਨਾਂ ਦਾ ਆਪਸ ਵਿੱਚ ਘਰੇਲੂ ਝਗੜਾ ਜੀ, ਦੋਨੇ ਨਾਲ ਹੋਏ। ਕੋਈ ਕੁੱਟਣ ਦੀ ਫੁਟੇਜ ਵੀ ਸਾਹਮਣੇ ਆਈ ਹੈ? ਅਸੀਂ ਆਈ ਨਹੀਂ ਜੀ, ਸਾਨੂੰ ਦੇਣਗੇ ਅਸੀਂ ਦੇਖ ਲਾਂਗੇ। ਅਸੀਂ ਹਸਪਤਾਲ ਦੇ MLR ਬਤਾਓ ਕਰ ਲਈ ਕਿ ਕੋਈ ਮੁੱਢਲੀ ਜਾਂਚ ਪਤਾ ਲੱਗਿਆ ਵੀ ਕੀ ਕਾਰਨ ਸੀ ਕੁੱਟਣ ਕਰਨ ਦਾ? ਇਹਨਾਂ ਦਾ ਕਾਫੀ ਚਤੁਰ ਸਕੂਲ ਚੱਲਦਾ ਜੀ, ਇਹਨਾਂ ਦਾ ਆਪਸ ਵਿੱਚ ਪਹਿਲਾਂ ਲੜਕੀ ਨੇ ਇਹਨਾਂ ਖਰਾਬ ਪਰਚਾ ਦਾ ਟੁਕੜਾ ਉਹ ਇਹਨਾਂ ਦੇ ਕੰਸਟਰਕਸ਼ਨ ਦੇ ਮਜ਼ਦੂਰ ਨੇ ਦਿੱਤੀ, ਇਹਨਾਂ ਦੇ ਸਾਰੇ ਪਰਿਵਾਰ ਦੇ ਖਿਲਾਫ ਦਾ ਦਰਜ।
ਕੀ ਕਾਰਵਾਈ ਕੀ ਹੈ, ਮੁਕੱਦਮਾ ਕਿਹੜਾ ਦਰਜ ਕੀਤਾ? ਮੁਕੱਦਮਾ ਨੰਬਰ 238 238। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ।